ਮੁੱਦਾ ਸੀਗਾ ਐਸਵਾਈਐਲ ਦਾ ਪਰ ਐਸਵਾਈਐਲ ਦਾ ਮੁੱਦਾ ਇੰਨਾ ਨਹੀਂ ਵਿਚਾਰਿਆ ਗਿਆ ਜਿੰਨਾ ਕਿ ਆਪਸੀ ਬਿਆਨਬਾਜ਼ੀ ਹੋ ਗਈ ਲੀਡਰਾਂ ਦੇ ਦਰਮਿਆਨ ਦੋ ਦਿਨਾਂ ਦਾ ਇਹ اجلاس ਇੱਕ ਦਿਨ ਦੇ ਵਿੱਚ ਹੀ ਸਿਮਟ ਕੇ ਰਹਿ ਗਿਆ ਤੇ ਕੁਝ ਘੰਟਿਆਂ ਦੇ ਵਿੱਚ ਹੀ ਸਮਾਪਤ ਹੋ ਗਿਆ ਤੇ ਸਵਾਲ ਵਿਰੋਧੀਆਂ ਨੇ ਖੜੇ ਕੀਤੇ ਕਿ ਇੰਨਾ ਪੈਸਾ ਕਿਉਂ ਖਰਾਬ ਕੀਤਾ ਗਿਆ ਇਸ اجلاس ਦੇ ਉੱਤੇ ਅੰਕੜੇ ਦੱਸਦੇ ਕਿ 75 ਲੱਖ ਦੇ ਕਰੀਬ ਇੱਕ ਦਿਨ ਦੇ ਵਿੱਚ ਹੀ ਖਰਚਾ ਹੋਇਆ ਉਹਨਾਂ ਕਹਿੰਦੇ 30 ਤਰੀਕ ਤੋਂ ਬਾਅਦ ਫੇਰ ਸਦਨਾਂ ਨਵੰਬਰ ਦੇ ਪਹਿਲੇ ਹਫਤੇ ਮਾਮਲਾ ਅਤਿ ਗੰਭੀਰ ਭਾਵ ਸਤਲੁਜ ਜਮਨਾ ਸੰਪਰਕ ਨਹਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਵਿਧਾਨ ਸਭਾ ਸਭ ਤੋਂ ਵੱਡਾ ਮੰਚ ਹੈ ਇਹ ਕੀ ਕਹਿੰਦੇ ਆ ਅਸੀਂ ਇੱਕ ਤਰੀਕ ਨੂੰ ਬਹਿਸ ਕਰਾਂਗੇ ਉਹ ਭਾਈ ਵਿਧਾਨ ਸਭਾ ਤੋਂ ਵੱਡਾ ਕਿਹੜਾ ਮੰਚ ਹੈ ਸਵਾਲ ਉੱਠਿਆ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਇਹਨਾਂ ਦਾ ਐਮ.ਐਲ.ਏ ਉਹ ਕਹਿੰਦਾ ਕਿ ਜਦੋਂ ਮੈਨੂੰ ਸੱਦਿਆ ਸੀ ਮੈਂ ਤਾਂ ਕਨਵਿੰਸ ਹੋ ਕੇ ਆਇਆ ਸੀ ਕਿ ਜਰ ਇੱਕ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਪਾਰਟੀ ਆ ਰਹੀ ਹੈ ਜਿਹੜੀ ਸ਼ਾਇਦ ਕੰਮ ਕਰੇ ਕਹਿੰਦੇ ਹੁਣ ਗਵਾਹ ਮੁਕਰਾਏ ਜਾ ਰਹੇ ਨੇ ਬਹਿਵਲ ਕਲਾਂ ਤੇ ਬਰਗਾੜੀ ਕਾਂਢ ਦੇ ਵਿੱਚ ਇਹ ਜਿਹੜਾ ਸੈਸ਼ਨ ਉਹ ਸਿਰਫ ਇੱਕ ਨਾਟਕਵਾਜੀ ਬਣ ਕੇ ਰਹਿ ਗਿਆ ਇਸ ਤੋਂ ਇਲਾਵਾ ਕੁਝ ਨਹੀਂ ਤੇ ਸੱਦਿਆ ਦੋ ਦਿਨ ਦਾ ਤੇ ਚੰਦ ਘਟਿਆਬਾਦੀ ਪੂਰਾ ਕਰਕੇ ਇੱਕ ਦੂਜੇ ਨੂੰ ਮਿਹਨੇ-ਮੂਨੇ ਦੇਖ ਕੇ ਤੇ ਚੁੱਪ ਕਰਕੇ ਮੁੜਿਆ ਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਬਾਦਲ ਵਿਰੋਧੀ ਧਿਰਾਂ ਵਕਵਕ ਰਿਕ ਤਰੀਕਿਆਂ ਦੇ ਨਾਲ ਇੱਕ ਮੰਚ ਦੇ ਉੱਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਮੀਟਿੰਗਾਂ ਦਾ سلسلہ ਸ਼ੁਰੂ ਹੋ ਚੁੱਕਾ ਹੈ ਕੱਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਜਿਹੜਾ ਬਾਦਲ ਬਹੁਤੀ ਧੜੇ ਨੇ ਉਹਦੇ ਲਈ ਯਤਨ ਹੋਣ ਲੱਗੇ ਨੇ ਕਿ ਇਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਲਿਆਂਦਾ ਜਾਵੇ ਖਾਸ ਕਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬਟਾਲਾ ਸਾਹਿਬ ਹੋ ਸਕਦਾ ਉਹਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਨਾਲ ਵੀ ਇਹ ਗੱਲਬਾਤ ਕਰਨ ਜਿਹੜੇ ਬਾਦਲ ਦੇ ਵਿਰੋਧੀ ਦਲ ਚ ਹੈ ਉਹਨਾਂ ਨੂੰ ਕਹਿੰਦੇ ਇੱਕ ਮੰਚ ਤੇ ਲਿਆਂਦਾ ਜਾ ਰਿਹਾ ਤਾਂ ਕਿ ਸ਼ੁਰੂਆਤੀ ਕਮੇਟੀ ਦੇ ਚੋਣਾਂ ਬਾਦਲ ਦਲ ਬਨਾਮ ਸਾਰੇ ਦਲ ਇੱਕ ਇੱਕ ਉਮੀਦਵਾਰ ਦੀ ਕੀਤੀਆਂ ਜਾਣ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਹ ਪ੍ਰੋਗਰਾਮ ਹਫਤਾਵਾਰੀ ਸਰਗਰਮੀਆਂ ਤੇ ਆਧਾਰਿਤ ਹੁੰਦਾ ਹੈ ਕਿ ਹਫਤੇ ਦੇ ਦੌਰਾਨ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਸੂਬੇ ਦੇ ਵਿੱਚ ਕੀ ਕੁਝ ਵਾਪਰਿਆ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਪੱਤਰਕਾਰ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਵਿਧਾਨ ਸਭਾ ਦਾ ਦੋ ਰੋਜ਼ਾ اجلاس ਸੱਦਿਆ ਗਿਆ ਮੁੱਦਾ ਸੀਗਾ ਐਸਵਾਈਐਲ ਦਾ ਪਰ ਐਸਵਾਈਐਲ ਦਾ ਮੁੱਦਾ ਇੰਨਾ ਨਹੀਂ ਵਿਚਾਰਿਆ ਗਿਆ ਜਿੰਨਾ ਕਿ ਆਪਸੀ ਬਿਆਨਬਾਜ਼ੀ ਹੋ ਗਈ ਲੀਡਰਾਂ ਦੇ ਦਰਮਿਆਨ ਦੋ ਦਿਨਾਂ ਦਾ ਇਹ ਇਜਲਾਸ ਇੱਕ ਦਿਨ ਦੇ ਵਿੱਚ ਹੀ ਸਿਮਟ ਕੇ ਰਹਿ ਗਿਆ ਤੇ ਕੁਝ ਘੰਟਿਆਂ ਦੇ ਵਿੱਚ ਹੀ ਸਮਾਪਤ ਹੋ ਗਿਆ ਤੇ ਸਵਾਲ ਵਿਰੋਧੀਆਂ ਨੇ ਖੜੇ ਕੀਤੇ ਕਿ ਇੰਨਾ ਪੈਸਾ ਕਿਉਂ ਖਰਾਬ ਕੀਤਾ ਗਿਆ ਇਸ ਇਜਲਾਸ ਦੇ ਉੱਤੇ ਕਿਉਂਕਿ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਆਮ ਜਨਤਾ ਦਾ ਪੈਸਾ ਹੈ ਜਿਹੜਾ ਸਰਕਾਰ ਨੇ ਇੱਕ ਦਿਨ ਦੇ ਵਿੱਚ ਹੀ ਕਾਫੀ ਖਰਚਾ ਕਰ ਦਿੱਤਾ ਅੰਕੜੇ ਦੱਸਦੇ ਆ ਕਿ 75 ਲੱਖ ਦੇ ਕਰੀਬ ਇੱਕ ਦਿਨ ਦੇ ਵਿੱਚ ਇਹ ਖਰਚਾ ਹੋਇਆ ਹੁਣ ਕਹਿੰਦੇ 30 ਤਰੀਕ ਤੋਂ ਬਾਅਦ ਫੇਰ 17 ਨਵੰਬਰ ਦੇ ਪਹਿਲੇ ਹਫਤੇ ਜੀ ਤੇ ਫਿਰ ਇਹ ਕਾਦੇ ਬਾਅਦ ਤਸੱਦਿਆ ਸੀ ਕਿਉਂਕਿ ਲੌਰੋ ਪੈ ਗਿਆ ਪੰਜਾਬ ਦੇ ਰਾਜਪਾਲ ਬਣਵਾਰੀ لال ਪ੍ਰੋਹੋਤ ਕਹਿੰਦੇ ਨੇ ਇਹ ਸੈਸ਼ਨ ਟੁੱਟਾ ਗੈਰ ਸੰਵਿਧਾਨਕ ਹੈ ਕਿਉਂਕਿ ਪਿਛਲੇ ਸੈਸ਼ਨ ਨੂੰ ਹੀ ਵਧਾਇਆ ਸੀ ਹੂੰ ਇਸ ਕਰਕੇ ਉਹ ਕਹਿੰਦੇ ਜੇ ਸੈਸ਼ਨ ਕਰਦਾ ਨਵੇਂ ਸਿਰੇ ਤੋਂ ਮਨਜ਼ੂਰੀ ਲਾਓ ਮੇਤੋਂ ਹੁਣ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਸੁਪਰੀਮ ਕੋਰਟ ਦੇ ਵਿੱਚ ਜਾਣਾ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸੈਸ਼ਨ ਦੀ ਦੱਸਣਾ ਉੱਥੇ ਜਾ ਕੇ ਕਿ ਰਾਜਪਾਲ ਸਾਹਿਬ ਸਾਡੇ ਚ ਅੜਿੱਕੇ ਪਾ ਰਹੇ ਹੈ ਮਾਮਲਾ ਅਤਿ ਗੰਭੀਰ ਭਾਵ ਸਤਲੁਜ ਜਮਨਾ ਸੰਪਰਕ ਨਹਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਵਿਧਾਨ ਸਭਾ ਸਭ ਤੋਂ ਵੱਡਾ ਮੰਚ ਹੈ ਤੇ ਇਹ ਕੀ ਕਹਿੰਦੇ ਆ ਅਸੀਂ ਇੱਕ ਤਰੀਕ ਨੂੰ ਬਹਿਸ ਕਰਾਂਗੇ ਉਹ ਭਾਈ ਵਿਧਾਨ ਸਭਾ ਤੋਂ ਵੱਡਾ ਕਿਹੜਾ ਮੰਚ ਹੈ ਜੇ ਤੁਸੀਂ ਇੱਕ ਤਰੀਕ ਨੂੰ ਬਹਿਸ ਕਰਨੀ ਹੈ ਤੇ ਬਹੁਜਨ ਸਮਾਜ ਪਾਰਟੀ ਵਾਲੇ ਕਹਿੰਦੇ ਆ ਸਾਨੂੰ ਤਾਂ ਸੱਦੇ ਹੀ ਨਹੀਂ ਉਹਨਾਂ ਨੇ ਜਲੰਧਰ ਦੇ ਵਿੱਚ ਪ੍ਰੋਗਰਾਮ ਰੱਖ ਲਿਆ ਮਾਮਲਾ ਇਹ ਨਹਿਰ ਦਾ ਜਿਹੜਾ ਪੰਜਾਬ ਦੀ ਸ਼ਹਿਰ ਆ ਗਏ ਉਹਦੀ ਥਾਂ ਦੇ ਉੱਤੇ ਮਾਮਲੇ ਹੋਰ ਉੱਠ ਖੜੇ ਨਸ਼ਿਆਂ ਦੇ ਮਾਮਲੇ 'ਚ ਸਵਾਲ ਕਰਤਾ ਪ੍ਰਤਾਪ ਸਿੰਘ ਬਾਜਬਾ ਨੇ ਜਵਾਬ ਦਿੱਤਾ ਮੁੱਖ ਮੰਤਰੀ ਨੇ ਕਿ ਅਮਰਿੰਦਰ ਸਿੰਘ ਨੇ ਤੁਹਾਡੀ ਚਿੱਠੀ ਲਿਖੀ ਸੀ ਉਦੋਂ ਕੀ ਬਣਿਆ ਜੀ ਸਵਾਲ ਉੱਠਿਆ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਇਹਨਾਂ ਦਾ ਐਮਐਲਏ ਉਹ ਕਹਿੰਦਾ ਕਿ ਜਦੋਂ ਮੈਨੂੰ ਸੱਦਿਆ ਸੀ ਮੈਂ ਤਾਂ ਮਨਨਸੋ ਕੇ ਆਇਆ ਸੀ ਕਿ ਜਰ ਇੱਕ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਪਾਰਟੀ ਆ ਰਹੀ ਹੈ ਜਿਹੜੀ ਸ਼ਾਇਦ ਕੰਮ ਕਰੇ ਕਹਿੰਦੇ ਉਹਨਾਂ ਗਵਾਹ ਮੁਕਰਾਏ ਜਾ ਰਹੇ ਨੇ ਵਹਿਬਲ ਕਲਾਂ ਤੇ ਬਰਗਾੜੀ ਕਾਂਢ ਦੇ ਵਿੱਚ ਮੁਕਰਾ ਕੌਣ ਰਹੀ ਹੈ ਤੁਹਾਡੀ ਸੱਟ ਕਹਿੰਦੇ ਮੈਂ ਤਾਂ ਆਪਣੇ ਆਪ ਨੂੰ ਜਲਾਲਤ ਵਿੱਚ ਮਹਿਸੂਸ ਕਰਦਾ ਇਹਦਾ ਸਵਾਲ ਦਾ ਜਵਾਬ ਤਾਂ ਦੇਣਾ ਬੰਦ ਦਾ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਜਵਾਬ ਨਹੀਂ ਇੱਕ ਸਵਾਲ ਉਰ ਟੁਕੜਿਆ ਉਹ ਕਹਿੰਦੇ ਤੁਹਾਡੇ ਜਿਹੜੇ ਸੀਤਲੰਗਰਾਲ ਨੇ ਵਿਧਾਇਕ ਨੇ ਉਹ ਤੁਹਾਡੇ ਮੈਂਬਰ ਪਾਰਲੀਮੈਂਟ ਜਿਹਨੂੰ ਤੁਸੀਂ ਧਾਰਾ ਲੈ ਕੇ ਗਏ ਹੋ ਕਾਂਗਰਸ ਚੋਂ ਉਥੇ ਸਵਾਲ ਚੱਕ ਤੇ ਕਿ ਇਹ ਬੰਦੇ ਦੇ ਨਸ਼ੇ ਵਾਲਿਆਂ ਨਾਲ ਸੰਬੰਧ ਨੇ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਇਹ ਬੰਦਾ ਤਾਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਇਹਦੇ ਗੈਂਗਸਟਰਾਂ ਤੇ ਦੂਜਿਆਂ ਨਾਲ ਸੰਬੰਧ ਹੈ ਕੋਈ ਜਵਾਬ ਨਹੀਂ ਇਸੇ ਤਰ੍ਹਾਂ ਕਈ ਹੋਰ ਸਵਾਲ ਉੱਠ ਖੜੇ ਹਨ ਉਹਨਾਂ ਦਾ ਕੋਈ ਜਵਾਬ ਨਹੀਂ ਸੋ ਜਿਹੜੀ ਇਹ ਸੈਸ਼ਨ ਸੱਦਿਆ ਗਿਆ ਇਹ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ ਕਿਉਂਕਿ ਪਿਛਲੇ ਸੈਸ਼ਨ ਦੌਰਾਨ ਇਹਨਾਂ ਵੱਲੋਂ ਪਾਸ ਕੀਤਾ ਗਿਆ ਚਾਰ ਬਿਲ ਅਜੇ ਤੱਕ ਗਵਰਨਰ ਸਾਹਿਬ ਕੋਲ ਪਏ ਹੈ ਤੇ ਜੇ ਗਵਰਨਰ ਸਾਹਿਬ ਪਹਿਲਾਂ ਤੋਂ ਕਹਿ ਰਹੇ ਸੀ ਕਿ ਗੈਰ ਸੰਵਿਧਾਨਕ ਹੈ ਜਿਹੜਾ ਹੁਣ ਤੀਨੋਂ ਚੱਲੇ ਹੋ ਇਹ ਜਦੋਂ ਇਹਨਾਂ ਨੇ ਚਾਰ ਬਿਲਾ ਤੇ ਸਾਈਨ ਨਹੀਂ ਸੀ ਕੀਤੇ ਉਦੋਂ ਹੀ ਜਾਣਾ ਚਾਹੀਦਾ ਸੀ ਫਿਰ ਗਵਰਨਰ ਸਾਹਿਬ ਨੇ ਮੰਨੀ ਬਿੱਲ ਉਹਨਾਂ ਦੇ ਵਿੱਚ ਅੜਿੱਕਾ ਪਾਤਾ ਕਿ ਇਹ ਤਾਂ ਬਹੁਤ ਜ਼ਰੂਰੀ ਬਿੱਲ ਸੀ ਇਹਨਾਂ ਚ ਰੱਖ ਕੇ ਕਹਦੇ ਵਾਸਤੇ ਬੈਠੇ ਹੋ ਪਹਿਲਾਂ ਕਿ ਉਹਨਾਂ ਭਈ ਜੇ ਮੇਰੇ ਕੋਲੇ ਤੇ ਰਾਜਪਾਲ ਸਾਹਿਬ ਤਿੰਨ ਜ਼ਿਲ੍ਹਿਆਂ ਦਾ ਛੇ ਜ਼ਿਲ੍ਹਿਆਂ ਦਾ ਸਰਦੀ ਜ਼ਿਲ੍ਹਿਆਂ ਦਾ ਦੌਰਾ ਵੀ ਕਰਾਇਆ। ਉੱਥੇ ਜਾ ਕੇ ਇਹ ਵੀ ਕਹਿਤਾ ਕਿ ਸਾਡੀ ਪੁਲਿਸ ਚੰਗਾ ਕੰਮ ਕਰਦੀ ਹੈ। ਸੋ तमाम ਮਾਮਲਿਆਂ ਦੇ ਵਿੱਚ ਰਾਜਪਾਲ ਸਾਹਿਬ ਤੇ ਸਰਕਾਰ ਦੀ ਜਿਹੜੀ ਸੱਤਕਮੰਜ ਲੱਗੀ ਵੀ ਹੈ ਇਹ ਉਹਨਾਂ ਰਾਜਾਂ 'ਚ ਕਿਉਂ ਲੱਗਦੀ ਹੈ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਹਨ। ਸੁਤਰਮਿੰਦਰ ਜੀ ਇਹ ਜਿਹੜਾ ਸੈਸ਼ਨ ਉਹ ਸਿਰਫ ਇੱਕ ਨਾਟਕਵਾਜੀ ਬਣ ਕੇ ਰਹਿ ਗਿਆ ਇਸ ਤੋਂ ਇਲਾਵਾ ਕੁਝ ਨਹੀਂ ਤੇ ਸੱਧਿਆ 2 ਦਿਨ ਦਾ ਤੇ ਚੰਦ ਘੰਟਿਆਂ ਬਾਅਦ ਹੀ ਪੂਰਾ ਕਰਕੇ ਇੱਕ ਦੂਜੇ ਨੂੰ ਮਿਹਨੇ-ਮੂਨੇ ਦੇਖ ਕੇ ਤੇ ਚੁੱਪ ਕਰਕੇ ਮੁੜਿਆ ਏ ਪਰ ਐਸ ਸਟੇਜ ਦੇ ਉੱਤੇ ਫਰਜ ਸਰਕਾਰ ਦਾ ਬੰਦ ਹੈ ਕਿ ਜਿਹੜੇ ਸਵਾਲ ਤੁਹਾਡੇ ਤੇ ਚੁੱਕੇ ਜਾ ਰਹੇ ਨੇ ਉਹਨਾਂ ਸਵਾਲਾਂ ਦਾ ਜਵਾਬ ਵੀ ਦਿਓ ਜੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਮਾਨ ਸਰਕਾਰ ਵੱਲੋਂ ਇੱਕ ਵਕਰਾ ਉਪਰਾਲਾ ਕੀਤਾ ਗਿਆ ਨਸ਼ੇ ਤੋਂ ਬਚਾਅ ਵਾਸਤੇ ਵਿਦਿਆਰਥੀਆਂ ਦਾ ਇਕੱਠ ਕੀਤਾ ਗਿਆ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਇਕੱਠੇ ਸੇ ਦਰਬਾਰ ਸਾਹਿਬ ਵਿਖੇ ਅਰਦਾਸ ਵੀ ਕੀਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਸਾਹਿਬ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆਏ ਪਰ ਨਸ਼ੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਦੇਖੋ ਇਹ ਸਰਕਾਰ ਜਦੋਂ ਹੋਂਦ ਦੇ ਵਿੱਚ ਆਈ ਸੀ ਸਰਕਾਰ ਨੇ ਇੱਕ ਸ਼ਬਦ ਕਿਹਾ ਸੀ ਹੂੰ ਕਿ ਅਸੀਂ ਅਧਿਆਪਕਾਂ ਨੂੰ ਗੈਰ ਅਧਿਆਪਨ ਕੰਮਾਂ ਤੇ ਨਹੀਂ ਲਾਵਾਂਗੇ ਸੱਦੇ ਕਿਹੜੇ ਗਏ ਸਕੂਲੀ ਬੱਚੇ 35000 ਬੱਚਾ ਸੱਦ ਲਿਆ ਆਸੇ-ਪਾਸਿਓਂ ਅਰਦਾਸ ਕਰੋ ਅਰਦਾਸ ਤਾਂ ਜੇ ਪੰਜ ਬੰਦੇ ਵੀ ਕਰਿਆ ਹੁੰਦੇ ਤਾਂ ਕਿਹੜਾ ਘੱਟ ਸੀ ਤੇ ਜਿਹੜਿਆਂ ਤੇ ਦੋਸ਼ ਲੱਗਦੇ ਆ ਕਿ ਪੁਲਿਸ ਵਾਲੇ ਨਾਲ ਮਿਲੇ ਵੇ ਆ ਅਰਦਾਸ ਤਾਂ ਉਹਨਾਂ ਦੀ ਕਰਾ ਦਿੰਦੇ ਔਰ ਸਾਰਿਆਂ ਨੂੰ ਪਤਾ ਅਜੇ ਤੱਕਕਰ ਉਹਨਾਂ ਤੋਂ ਕੋਈ ਐਕਸ਼ਨ ਨਹੀਂ ਹੋਇਆ ਜਿਹੜੇ ਜਲੰਧਰ ਤੋਂ ਗਏ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਬਾਰਡਰ ਸਕਿਉਰਿਟੀ ਫੋਰਸ ਨੇ ਫੜ ਲਏ ਕਹਿੰਦੇ ਜਿੱਦੋਂ ਬਰਾਮਦਗੀ ਕਰਨ ਗਏ ਸੀ ਤੇ ਬਰਾਮਦਗੀ ਟਾਇਰ ਚਲਕੋ ਕੇ ਆਉਂਦੀ ਹੈ ਬਰਾਮਦਗੀ ਦਾ ਨਿਯਮ ਹੈ ਉੱਥੇ ਗੈਜਟਿਡ ਅਧਿਕਾਰੀ ਹੋਣਾ ਚਾਹੀਦਾ ਹੈ ਗੈਜਟਿਡ ਅਧਿਕਾਰੀ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਸਮੱਸਿਆ ਸਮਝਦਾ ਹਾਂ ਜੇ ਇਹ ਕੰਮ ਕੀਤਾ ਗਿਆ ਤਾਂ ਗਲਤ ਕੀਤਾ ਗਿਆ ਇਹਦੇ ਚ ਐਦਾਂ ਹੋਣਾ ਨਹੀਂ ਚਾਹੀਦਾ ਸੀ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਸਰਪਰ ਅਰਦਾਸ ਅਰਦਾਸ ਕੋਈ ਵੀ ਕਰ ਸਕਦਾ ਦਰਬਾਰ ਸਾਹਿਬ ਜਾ ਸਕਦਾ ਉਹਦੇ ਤੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਵਿਰੋਧੀ ਕਹਿੰਦੇ ਨੇ ਕਿ ਜਦੋਂ ਸਰਕਾਰ ਫਸਦੀ ਹੈ ਫਿਰ ਧਿਆਨ ਬਦਲਦੀ ਹੈ ਇਹ ਧਿਆਨ ਭਟਕਾਉਣ ਵਾਸਤੇ ਸਾਰਾ ਕੁਝ ਕੀਤਾ ਗਿਆ ਪਰ ਉਹਨਾਂ ਸਕੂਲੀ ਬੱਚਿਆਂ ਛੋਟੇ ਛੋਟੀਆਂ ਮਸੂਮ ਬਾਲੜੀਆਂ ਉਹਨਾਂ ਨੂੰ ਤੁਸੀਂ ਦੱਸਣਾ ਕੀ ਚਾਹੁੰਦੇ ਹੋ ਜੇ ਤੁਸੀਂ ਵਾਕਿਆ ਹੀ ਚਾਹੁੰਦੇ ਹੋ ਕਿ ਨਸ਼ਾ ਖਤਮ ਹੋਵੇ ਫਿਰ ਸਬਜੈਕਟ ਦੇ ਤੌਰ ਤੇ ਪੜਾ ਦਿਓ ਉੱਥੇ ਘੱਟੋ ਘੱਟ ਹਫ਼ਤੇ 'ਚ ਇੱਕ ਦਿਨ ਮੁੱਖ ਅਧਿਆਪਕ ਜਾਂ ਕੋਈ ਹੋਰ ਮਾਹਰ ਬੱਚਿਆਂ ਨੂੰ ਨਸ਼ੇ ਦੇ ਮਾਮਲੇ 'ਚ ਦੱਸੇ ਆਵਾਜ਼ਾਈ ਜੰਗਲਾਤ ਤੇ ਨਸ਼ਾ ਇਹਨੂੰ ਲਾ ਦਿਓ ਪਰ ਛੇਵੀਂ ਤੋਂ ਸਬਜੈਕਟ ਦੇ ਤੌਰ ਤੇ ਇਹ ਤਿੰਨਾਂ ਨੂੰ ਇੱਕ ਚ ਪਾ ਦਿਓ ਜਿਵੇਂ ਸਰੀਰਕ ਸਿੱਖਿਆ ਅਸੀਂ ਪੜਦੇ ਹਾਂ ਜਦੋਂ ਬੱਚਿਆਂ ਨੂੰ ਛੇਵੀਂ ਤੋਂ ਲੱਗ ਗਿਆ ਕਿ ਨਸ਼ਿਆਂ ਦੇ ਆ ਮਾੜੇ ਪ੍ਰਭਾਵ ਨੇ ਇਹਨਾਂ ਤੋਂ ਬਚਣਾ ਹੈ ਸ਼ਾਇਦ ਇਹਦਾ ਅਸਰ ਵੀ ਪੈ ਜਾਵੇ ਸੋ ਸਰਕਾਰ ਨੇ ਜਿਹੜਾ ਉੱਥੇ ਅਰਦਾਸ ਦਿਵਸ ਕਰਾਇਆ ਤੇ ਦੂਜਿਆਂ ਨੇ ਇਹਨੂੰ ਇੱਕ ਸਿਆਸੀ ਸਟੰਟ ਤੋਂ ਸਵਾਇ ਗੁਜਰੀ ਦੱਸਿਆ ਸਰਕਾਰ ਤੇ ਵਿਰੋਧੀ ਧਿਰਾਂ ਦੀ ਇਹ ਜਿਹੜੀ ਚੁੰਝ ਚਰਚਾ ਹੈ ਇਹ ਲਗਾਤਾਰ ਐਸੇ ਤਰ੍ਹਾਂ ਹੀ ਲੱਗਦਾ ਕਿ ਹੁੰਦੀ ਰਹੇਗੀ ਜੀ ਬਿਲਕੁਲ ਜੀ ਤੇ ਅਗਲੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਬਾਦਲ ਵਿਰੋਧੀ ਤਿਰਾਂ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਇੱਕ ਮੰਚ ਦੇ ਉੱਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਮੀਟਿੰਗਾਂ ਦਾ سلسلہ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਤੋਂ ਪਹਿਲਾਂ 8 ਨਵੰਬਰ ਨੂੰ ਜਨਰਲ ਇਜਲਾਸ ਵੀ ਹੋਵੇਗਾ ਜਿਦੇ ਵਿੱਚ ਨਵੇਂ ਪ੍ਰਧਾਨ ਦੀ ਤੇ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਦੇਖੋ ਉਹ ਹਰਸਲ ਪ੍ਰਕਿਰਿਆ ਹੈ ਕਿ ਪ੍ਰਧਾਨ ਤੇ ਜਿਹੜੇ ਹੋਰ ਅਹੁਦੇਦਾਰ ਹੈ ਉਹਨਾਂ ਦੀ ਚੋਣ ਹੁੰਦੀ ਹੈ ਕਾਰਜਕਾਰੀ ਕਮੇਟੀ ਬਣਦੀ ਹੈ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਜਨਰਲ ਸੈਕਟਰੀ ਤੇ ਕੁਝ ਕਾਰਜਕਾਰੀ ਮੈਂਬਰ ਬੰਦੇ ਆ ਕੱਲ ਤੋਂ ਰਜਿਸਟ੍ਰੇਸ਼ਨ ਥਰੂ ਹੋ ਚੁੱਕੀ ਹੈ ਤੇ ਜਿਹੜਾ ਬਾਦਲ ਵਿਰੋਧੀ ਧੜੇ ਨੇ ਉਹਦੇ ਲਈ ਯਤਨ ਹੋਣ ਲੱਗੇ ਨੇ ਕਿ ਇਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਲਿਆਂਦਾ ਜਾਵੇ ਖਾਸ ਕਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬਡਾਲਾ ਸਾਹਿਬ ਹੋ ਸਕਦਾ ਉਹਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਨਾਲ ਵੀ ਇਹ ਗੱਲਬਾਤ ਕਰਨ ਬੀਬੀ ਜਾਗੀਰ ਕੌਰ ਇਹ तमाम ਆਗੂ ਜਿਹੜੇ ਬਾਦਲ ਦੇ ਵਿਰੋਧੀ ਦਲ ਚ ਐ ਉਹਨਾਂ ਨੂੰ ਕਹਿੰਦੇ ਇੱਕ ਮੰਚ ਤੇ ਲਿਆਂਦਾ ਜਾ ਰਿਹਾ ਤਾਂ ਕਿ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਬਾਦਲ ਦਲ ਬਨਾਮ ਸਾਰੇ ਦਲ ਇੱਕ ਇੱਕ ਉਮੀਦਵਾਰ ਦੀ ਕੀਤੀਆਂ ਜਾਣ ਦੇਖਦੇ ਆ ਇਹਦੇ ਵਿੱਚੋਂ ਅੱਗੇ ਕੀ ਨਿਕਲਦਾ ਜੀ ਜੀ ਬਿਲਕੁਲ ਜੀ ਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਚਰਚਾ ਕਰਾਂਗੇ ਇਸ ਤੋਂ ਪਹਿਲਾਂ ਇੱਕ ਹੋਰ ਚੋਣਾਂ ਨਾਲ ਜੁੜੀ ਹੋਈ ਖਬਰ ਹੈ ਜਿਹਦੇ ਉੱਤੇ ਚਰਚਾ ਕਰਨੀ ਬਣ ਜਾਂਦੀ ਆ ਹਰਿਆਣਾ ਦੇ ਵਿੱਚ ਵੀ ਚੋਣਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਹੀ ਉੱਥੋਂ ਦੀ ਜਿਹੜੀ ਕਮੇਟੀ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀਆਂ ਤਾਂ ਜਿਹੜੇ ਵਿਰੋਧੀ ਹੁੰਦੇ ਸੀਗੇ ਉਹ ਵੀ ਹੁਣ ਇੱਕ ਮੰਚ ਦੇ ਉੱਤੇ ਆਉਣੇ ਸ਼ੁਰੂ ਹੋ ਗਏ ਨੇ ਤੇ ਇੱਕ ਮਾਮਲਾ ਉੱਥੇ ਹੋਰ ਭਖਿਆ ਸੀ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਬਣਾਉਣ ਦਾ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਦਖਲ ਦਿੱਤਾ ਤਾਂ ਉੱਥੇ ਹੁਣ ਕਾਫੀ ਬਦਲਾ ਦੇਖਣ ਨੂੰ ਮਿਲ ਰਹੇ ਨੇ ਦੇਖੋ ਜਿਹੜੀਆਂ ਉੱਥੇ ਚੋਣਾਂ ਹੋਣੀਆਂ ਸੀ ਉਹਦੀ ਤਰੀਕ ਵੱਧਦੀ ਵੱਦੀ ਵੱਦੀ 16 ਹੋ ਗਈ 16 ਤੋਂ 31 ਹੋ ਗਈ ਦیدار ਸਿੰਘ ਨਾਲ ਵੀ ਜਗਦੀਸ਼ ਸਿੰਘ ਝਿੰਡਾ ਇਹ ਅਡਡ ਤੌਰ ਤੇ ਚੋਣਾਂ ਲੜ ਰਹੀ ਸੀ ਪਰ ਹੁਣ ਇਸ ਵੇਲੇ ਇੱਕ ਮੰਚ ਤੇ ਆ ਗਿਆ ਹੈ ਕਿ ਆਪਾਂ ਇਕੱਠੇ ਮਿਲ ਕੇ ਚੋਣਾਂ ਲੜੀਏ 40 ਸੀਟਾਂ ਨੇ ਉੱਥੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਜਾਣਕਾਰੀ ਆਈ ਕਿ ਬਹੁਤ ਸਾਰੇ ਡੇਰਾ ਪ੍ਰੇਮੀ ਇਹ ਫਾਰਮ ਭਰ ਕੇ ਗੁਰਦੁਆਰਾ ਕਮੇਟੀ ਵਿੱਚ ਵੋਟਰ ਰਜਿਸਟਰਡ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਇੱਕ ਮੀਟਿੰਗ ਹੁੰਦੀ ਆ ਕਲ ਤਖਤ ਸਭ ਤੇ ਉੱਤੇ ਉਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲਾ ਉਠਾਤਾ ਉਧਰਲੇ ਪਾਸੇ ਸਤਕਾਰ ਕਮੇਟੀ ਵਾਲੇ ਸੁਖਜੀਤ ਸਿੰਘ ਖੋਸਾ ਸਾਹਿਬ ਉਹਨਾਂ ਨੇ ਫਿਰ ਆੜੇ ਹੱਥੀ ਲੈ ਲਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿੰਦੇ ਗਿਆਨੀ ਜੀ ਜਦੋਂ ਬਾਈ ਦੀਆਂ ਚੋਣਾਂ ਸੀ ਤਾ ਸ਼ਰੂਨੀ ਕਾਲੀਦਾਲ ਬਾਦਲ ਇਹਨਾਂ ਨੇ ਅਵੌਰ ਦੇ ਲਾਗੇ ਇੱਕ ਹਲਕੇ ਦੇ ਵਿੱਚੋਂ ਇੱਕ ਡੇਰਾ ਪ੍ਰੇਮੀ ਨੂੰ ਟਿਕਟ ਦਿੱਤੀ ਸੀ ਹੂੰ ਰੋਲਾ ਪਿਆ ਉਹ ਟਿਕਟ ਕੱਟਣੀ ਪਈ ਤੇ ਕਹਦੇ ਤੁਸੀਂ ਕੀ ਕੀਤਾ ਜਿਨ੍ਹਾਂ ਨੇ ਟਿਕਟ ਦਿੱਤੀ ਸੀ ਡੇਰਾ ਪ੍ਰੇਮੀ ਨੂੰ ਉਹਨਾਂ ਦਾ ਪੁਰਾਣਾ ਪ੍ਰੇਮ ਪੁਰਾਣਾ 헤ਜ ਅਜੇ ਵੀ ਨਹੀਂ ਜਾ ਰਿਹਾ ਤੇ ਜਿਹੜਾ ਮਾਫੀ ਦਿੱਤੀ ਗਈ ਉਹਦੇ ਵਿੱਚ ਕੀ ਕੀਤਾ ਤੁਸੀਂ ਇੱਕ 295 ਇਹ ਦਾ ਪਰਚਾ ਦਰਜ ਹੋਇਆ ਸੀ ਉੱਤੇ ਉਹ 2012 ਦੇ ਵਿੱਚ ਵਾਪਸ ਲਿਆ ਗਿਆ ਕੀ ਉਹਨਾਂ ਜ਼ਿੰਮੇਵਾਰਾਂ ਨੂੰ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਬੁਲਾਇਆ ਕੌਣ ਜ਼ਿੰਮੇਵਾਰਾ ਹੈ ਉਹ ਕੇਸ ਵਾਪਸ ਲੈਣ ਦੇ ਵਿੱਚ ਤੇ ਕਿਹਨਾਂ ਨੇ ਡੇਰੇ ਤੇ ਜਾ ਜਾ ਕੇ ਬੋਟਾ ਮੰਗੀਆਂ ਨੇ ਕੀਤਾ ਕੀ ਇੱਧਰ ਨੂੰ ਜਾਓ ਇੱਕ ਦੂਜੇ ਨਾਲ ਬੋਲਣਾ ਨਹੀਂ ਬੈਗਰੂ ਦਾ ਸਿਮਰਨ ਕਰਦੇ ਜਾਓ ਤੇ ਕੀਤਾ ਕੱਖ ਵੀ ਨਹੀਂ ਜਦੋਂ ਤੁਸੀਂ ਧਾਰਮਿਕ ਪਦਵੀਆਂ ਤੇ ਬੈਠੇ ਹੋਈਆਂ ਸਖਸ਼ੀਤਾ ਵੀ ਡਰਦੇ ਹੋ ਕਿ ਜੇ ਇਹਨਾਂ ਨੂੰ ਸਜ਼ਾ ਦਿੱਤੀ ਪਤਾ ਨਹੀਂ ਕੀ ਹੋ ਜਾਵੇਗਾ ਇਹੋ ਕਾਰਨ ਹੈ ਸਾਡੇ ਵਿੱਚ ਜਿਹੜਾ ਨਿਹਾਰ ਆਇਆ ਖੁਦ ਗਿਆਨੀ ਜੀ ਤੁਸੀਂ ਆਪ ਕਹਿੰਦੇ ਹੁੰਦੇ ਸੀ ਕਿ ਸਿੱਖ ਕੌਮ ਵਿੱਚ ਨਿਹਾਰ ਆ ਗਿਆ ਜੇ ਨਿਗਾਰ ਦੇ ਉੱਤੇ ਖੁੱਲ੍ਹ ਕੇ ਬਹਿਸ ਕਰ ਲਵਾਂ ਤਾਂ ਪਤਾ ਲੱਗ ਜੂ ਨਿਗਾਰ ਆਇਆ ਕਿਵੇਂ ਲਿਆਦਾ ਕਿਨੇ ਜੀ ਤੇ ਜ਼ਿੰਮੇਵਾਰ ਕੌਣ ਹੈ ਜੀ ਬਿਲਕੁਲ ਜੀ ਤੇ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਕਲੀਨਿਕ ਬਣਾਏ ਗਏ ਕਲੀਨਿਕਾਂ ਦੇ ਵਿੱਚ ਮਰੀਜ਼ਾਂ ਦਾ ਚੈੱਕ ਅਪ ਉਸ ਵਾਲਾਂ ਦੇ ਘੇਰੇ ਦੇ ਵਿੱਚ ਹੈ ਪ੍ਰਤੀ ਮਿੰਟ ਦੇ ਹਿਸਾਬ ਦੇ ਨਾਲ ਇੱਕ ਇੱਕ ਦੋ ਮਰੀਜ਼ ਦੇਖੇ ਜਾ ਰਹੇ ਨੇ ਕਿਉਂਕਿ ਡਾਕਟਰ ਸਾਹਿਬ ਨੇ 50 ਰੁਪਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਲੈਣੇ ਹੁੰਦੇ ਨੇ ਤਾਂ ਜੇਕਰ ਕੋਈ ਮੰਨ ਲਓ ਤੁਸੀਂ 100 ਮਰੀਜ਼ ਆ ਤਾਂ ਉਹਦਾ ਅੰਕੜਾ ਕੀ ਹੋਵੇਗਾ ਤੇ ਜੇਕਰ ਮਰੀਜ਼ ਹੀ 3-3 350 ਦੇਖੇ ਜਾਣ ਤਾਂ ਫਿਰ ਤਾਂ ਲੱਖਾਂ ਦੇ ਵਿੱਚ ਕਮਾਈ ਪਹੁੰਚ ਗਈ ਹੈ ਡਾਕਟਰ ਸਹਿਬਾਨ ਦੀ ਜਿਹੜੇ ਸਵਾਲਾਂ ਦੇ ਘੇਰੇ ਦੇ ਵਿੱਚ ਆਏ ਨੇ ਕੁੱਲ ਮਿਲਾ ਕੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਦੇਖੋ ਪਟਿਆਲੇ ਤੋਂ ਥਰੂ ਹੋਇਆ ਇੱਥੇ ਇੱਕ ਥਾਂ ਦੇ ਉੱਤੇ 200 ਤੋਂ ਵੱਧ ਮਰੀਜ਼ ਦੇਖਿਆ ਗਿਆ ਹਮ ਲੁਧਿਆਣਾ ਜ਼ਿਲ੍ਹੇ ਦੇ ਇੱਕ ਆਮ ਆਦਮੀ ਕਲੀਨਿਕ ਨੇ ਤਾਂ ਰਿਕਾਰਡ ਹੀ ਕੈਮ ਕਰਤਾ ਡਾਕਟਰ ਸਾਹਿਬ ਨੇ 6 ਘੰਟਿਆਂ ਦੇ ਵਿੱਚ 300 2 ਮਰੀਜ਼ ਦੇਖਤੇ ਹੂੰ ਦਫਾ 302 ਲੱਗ ਗਈ ਹੂੰ ਲੋਕ ਕਹਿੰਦੇ ਵੀ ਡਾਕਟਰ ਸਾਹਿਬ ਆ ਜਾ ਕੀ ਹੈ ਜੇ ਬੰਦਾ ਸੁਭਾਵਕ ਵੀ ਇੱਕ ਮਰੀਜ਼ ਡਾਕਟਰ ਸਾਹਿਬ ਕੋਲ ਬੈਠੇ ਉਹਦੇ ਲੱਛਣ ਉਹਦਾ ਬੀਪੀ ਉਹਦਾ ਬਾਕੀ ਚੈੱਕ ਕਰਨ ਦੀ 5 ਮਿੰਟ ਲੱਗੇ ਜਾਂਦੇ ਨੇ ਜੇ ਆਪਾਂ 5 ਮਿੰਟ ਦੀ ਵੀ ਜਾਂ 3 ਮਿੰਟ ਵੀ ਲਈਏ ਤਾਂ ਕਿੰਨੇ ਮਰੀਜ਼ ਦੇਖੇਗੇ ਘੰਟੇ 'ਚ ਤਰਵਿੰਦਰ 20 ਜੀ 6 ਘੰਟਿਆਂ 'ਚ 120 ਇਹਦੇ ਵਿੱਚ ਮੜਾ ਮੋਟਾ ਡਾਕਟਰ ਸਾਹਿਬ ਨੇ ਕੋਈ ਚਾਹ ਪਾਣੀ ਕੋਈ ਪਕੌੜਾ ਛਕੌੜਾ ਖਾਦਾ ਹੋਵੇਗਾ 10-20 ਮਿੰਟ ਤਾਂ ਉਸੇ ਗੱਲ ਦੇ ਲੰਘ ਜਾਂਦੇ ਆ ਕਈ ਬ੍ਰੀਜ ਗੰਭੀਰ ਹੁੰਦੇ ਨੇ ਜਿਨ੍ਹਾਂ ਨੂੰ ਸਾਰਾ ਨਰੀਖਣ ਕਰਨ ਤੇ 10 ਮਿੰਟ ਲੱਗ ਜਾਂਦੇ ਆ ਤੇ ਹੁਣ ਕਹਿੰਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਹਦੀ ਪੜਤਾਲ ਦੇ ਆਦੇਸ਼ ਦਿੱਤੇ ਨੇ ਜੀ ਜੀ ਤੇ ਚੋਣਾਂ ਦੀ ਰੁੱਤ ਵੀ ਆਈ ਹੋਈ ਹੈ ਵੱਖ-ਵੱਖ ਪਾਰਟੀਆਂ ਵੱਲੋਂ ਪੰਜ ਸੂਬਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਤੇ ਸਭ ਤੋਂ ਵੱਧ ਦੋ ਸੂਬੇ ਚਰਚਾ ਦੇ ਵਿੱਚ ਨੇ ਇੱਕ ਮੱਧ ਪ੍ਰਦੇਸ਼ ਤੇ ਦੂਜਾ ਰਾਜਸਥਾਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਨੇ ਦੇਖੋ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਸਟਾਰ ਪ੍ਰਚਾਰਕ ਸ਼ੁਰੂ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਸਟਾਰ ਪ੍ਰਚਾਰਕ ਬਣਾਏ ਨੇ ਉਹ ਤੇ ਨੰਬਰ 1 ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਨਾਂ ਲਿਖਿਆ ਹੈ ਜੀ ਉਹਨਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾ ਹੂੰ ਇਹਨਾਂ ਦੇ ਪ੍ਰਧਾਨ ਜੇਪੀ ਨੱਡਾ ਜੀ ਰੱਖਿਆ ਮੰਤਰੀ ਰਾਜਨਾਥ ਸਿੰਘ ਸੜਕੀ ਆਵਾਜਾਈ ਮੰਤਰੀ ਨਿਤਨ ਗੜਕਰੀ ਹੂੰ ਇਸੇ ਤਰ੍ਹਾਂ ਕਿਰਨ ਰਜੀਜੂ ਜੀ ਸਾਬਕਾ ਕਾਨੂੰਨ ਮੰਤਰੀ ਸਿਮਰਤੀ ਰਾਣੀ ਅਰਜਨ ਮੁੰਡਾ ਤ੍ਰਿਪੁਰ ਦੇ ਸੀਐਮ ਮਾਨਕਿਸ਼ਾ ਅਸਮ ਦੇ ਸੀਐਮ ਹਿਮੰਤ ਵਿਸ਼ਵਾ ਸ਼ਰਮਾ ਇਸੇ ਤਰ੍ਹਾਂ ਸਬਤ ਪਾਤਰਾ ਨਿਤਿਆਨੰਦ ਰਾਏ ਤੇ ਰਾਜੀਵ ਚੰਦਰ ਸ਼ੇਖਰ ਦੇ ਨਾਮ ਦੱਸੇ ਗਏ ਹੈ ਕਿ ਇਹ ਪ੍ਰਚਾਰਕ ਹੋਣਗੇ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਪੰਜ ਸੂਬਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਗੇ ਉਦੋਂ ਕਾਂਗਰਸ ਨੇ ਵੀ ਆਪਣੇ ਆਪਣੇ ਅਜੇ ਸ਼ੁਰੂਆਤੀ ਦੌਰ ਹੈ ਕਹਿੰਦੇ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦੀ ਸੂਚੀ ਵੀ ਆ ਜਾਵੇਗੀ ਉਹਦੇ ਵਿੱਚ ਜਿਵੇਂ ਅ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਮਰਕੜਜਨ ਖੜਗੇ ਸੋਨੀਆ ਗਾਂਧੀ ਤਾਂ ਹੈਗੇ ਹੈਗੇ ਨੇ ਉਹਨਾਂ ਦੇ तमाम ਹੋਰ ਆਗੂ ਵੀ ਜਾਣਗੇ ਪਰ ਮਜਹਿਰਾ ਵਰਮੇਸ਼ ਹੋਣ ਤੇ ਹੋਰ ਪੰਜਾਬ ਦੇ ਵੀ ਜਿਹੜੇ ਰਾਜਸਥਾਨ ਦੇ ਵਿੱਚ ਪੰਜਾਬ ਦਾ ਅਸਰ ਬਹੁਤ ਹੈ ਇਸੇ ਕਰਕੇ ਤਾਂ ਸਾਡੇ ਡਿਪਟੀ ਮੁੱਖ ਮੰਤਰੀ ਸਾਹਿਬ ਕਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਉੱਥੇ ਇੰਚਾਰਜ ਲਾਇਆ ਹੈ ਜੀ ਨਸ਼ਿਆਂ 'ਤੇ ਪਹਿਲਾਂ ਵੀ ਚਰਚਾ ਕੀਤੀ ਹੈ ਤੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਤੇ ਹੋਰ ਨਾ ਅਧਿਕਾਰੀਆਂ ਨੂੰ ਹਾਈ ਕੋਰਟ ਨੇ ਕਾਫੀ ਝਾੜ ਪਾਈ ਹੈ ਜੀ। ਦੇਖੋ ਜਦੋਂ ਇਹ ਹਾਈ ਕੋਰਟ ਦੇ ਵਿੱਚ ਗਏ 17 ਤਰੀਕ ਨੂੰ ਜੀ। ਤਮਾਨਯੋਗ ਜੱਜ ਸਾਹਬ ਨੇ ਇਹਨਾਂ ਨੂੰ ਅੜੇ ਹੱਥੀ ਲੈ ਲਿਆ। ਇਹ ਕਹਿੰਦੇ ਐਂ ਦੱਸੋ ਪਿਛਲੇ 2 ਸਾਲਾਂ ਦੇ ਵਿੱਚ ਜਾਂ 4 ਸਾਲ ਦੇ ਵਿੱਚ ਕਿੰਨੇ ਕੇਸ ਰਜਿਸਟਰ ਹੋਏ ਨੇ? ਜੀ। ਸਜਾਵਾਂ ਕਿੰਨੇ ਝੁੰੀਆਂ ਨੇ ਹੂੰ ਤੇ ਤੁਹਾਡੇ ਅਧਿਕਾਰੀ ਗਵਾਹਾਂ ਦੇਣ ਵਾਸਤੇ ਕਾਹਤੋਂ ਨਹੀਂ ਆਉਂਦੇ ਇਹ ਅੱਜ ਦਾ ਨੀ ਤਰਵਿੰਦਰ ਬਹੁਤ ਪੁਰਾਣੀ ਚੱਲਦੀ ਹੈ ਜੀ ਕਤਲ ਦੇ ਮਾਮਲੇ ਦੇ ਵਿੱਚ ਦੋਸ਼ ਪੱਤਰ 90 ਦਿਨਾਂ ਚਾਹਨਾ ਚਾਹੀਦਾ ਹੈ ਦੂਜੇ ਕੇਸਾਂ ਦੇ ਵਿੱਚ 60 ਦਿਨਾਂ ਤੇ ਵਪਾਰਕ ਨਸ਼ੀਲੇ ਪਦਾਰਥਾਂ 6 ਮਹੀਨੇ ਇਹ ਟਾਈਮ ਸਰ ਚਲਾਣੀ ਨਹੀਂ ਪੇਸ਼ ਕਰਦੇ ਦੋਸ਼ੀਆਂ ਦੀ ਜਵਾਨਤਾ ਹੋ ਜਾਂਦੀਆਂ ਨੇ ਤਾਂ ਉਹਨੇ ਇਹ ਕਿਹਾ ਕਿ 31 ਅਕਤੂਬਰ ਤੱਕ ਹਲਫਨਾਮਾ ਦਿਓ ਸ਼੍ਰੀਮਾਨ ਜੀ ਕਿੰਨੀਆਂ ਗਵਾਈਆਂ ਕਿੰਨਿਆਂ ਨੇ ਨਹੀਂ ਦਿੱਤੀਆਂ ਤੇ ਤਾਂ ਕਾਰਨ ਕੀ ਆ ਤੇ ਸੀਨੀਅਰ ਅਫਸਰ ਨੇ ਉਹਦੇ ਐਕਸ਼ਨ ਕੀ ਲਿਆ ਕਹਿੰਦੇ ਐਂਓ ਲੱਗਦਾ ਕਿ ਤੁਹਾਡੀ ਪੁਲਿਸ ਤੇ ਇਹ ਨਸ਼ਾ ਸਦਾਗਰਾਂ ਦੇ ਵਿੱਚ ਤਾਂ ਮਿਲੀਆਂ ਪੁੰਗਤਾਂ ਨੇ ਡੀਜੀਪੀ ਸਾਹਿਬ ਤੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਪ੍ਰਮੁੱਖ ਸਕੱਤਰ ਦੇ ਆ ਉਹਦੇ ਤੇ ਆਓ ਉਹਨਾਂ ਦੀ ਪੂਰੀ ਝਾੜਚੰਬ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਹੋਈ ਇਹ ਉਹਨਾਂ ਦੀ ਨਹੀਂ ਹੋਈ ਦਰਸਲ ਗਏ ਮਹਿਕਮਾ ਮੁਖਤਰੀ ਸਾਹਿਬ ਕੋਲ ਹੈ ਤੇ ਇਹਨਾਂ ਦੀ ਜਿਹੜੇ ਐਡਵੋਕੇਟ ਜਨਰਲ ਦੀ ਟੀਮ ਹੈ ਉਹ ਵੀ ਸਵਾਲਾਂ ਦੇ ਘੇਰੇ ਚ ਹੈ ਹਰ ਵਾਰ ਇਹਨਾਂ ਨੂੰ ਬਾਹਰੋਂ ਵਕੀਲ ਕਿਉਂ ਲੈਣੇ ਪੈਂਦੇ ਜੀ ਤੇ ਅਗਲੀ ਖਬਰ ਤੋਂ ਚਰਚਾ ਕਰਦੇ ਹਾਂ ਜੀ ਅਗਲੀ ਖਬਰ ਵੀ ਹਫਤੇ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਕੁਲਵੀਰ ਸਿੰਘ ਜ਼ੀਰਾ ਨੂੰ ਗ੍ਰਿਫਤਾਰ ਕੀਤਾ ਗਿਆ ਕਾਂਗਰਸ ਦੇ ਸਾਬਕਾ ਵਿਧਾਇਕ ਰੋਪੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤਾਂ ਰਾਹ ਦੇ ਵਿੱਚ ਵਿਰੋਧ ਵੀ ਹੋਇਆ ਕਾਂਗਰਸੀ ਸਮਰਥਕਾਂ ਨੇ ਗੱਡੀਆਂ ਪੁਲਿਸ ਦੀਆਂ ਰੋਕੀਆਂ ਪਰ ਇਹਦੇ باوجود ਰੋਪੜ ਤੱਕ ਪਹੁੰਚਣ ਦੇ ਵਿੱਚ ਪੁਲਿਸ ਕਾਮਯਾਬ ਹੋ ਗਈ ਤੇ ਬੀਤੇ ਦਿਨੀ ਵੀ ਰਾਜਾ ਵੜਿੰਗ ਹੋਰੀ ਕੁਲਵੀਰ ਸਿੰਘ ਜ਼ੀਰਾ ਨੂੰ ਮਿਲ ਕੇ ਆਏ ਨੇ ਉੱਥੇ ਉਹਨਾਂ ਦਾ ਹਾਲਚਲ ਜਾਣਿਆ ਹੋਰ ਵੀ ਕਈ ਲੀਡਰ ਸੀਗੇ ਤੇ ਉੱਥੇ ਜਦੋਂ ਤਲਾਸ਼ੀ ਲਈ ਗਈ ਰਾਜਾ ਵੜਿੰਗਹौरा ਦੀ ਤਾਂ ਉਹਦੇ ਉੱਤੇ ਵੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋ ਗਏ। ਤਰਵਿੰਦਰ ਪੰਜਾਬ ਦੀ ਸਥਿਤੀ ਹੋਰ ਪਾਸੇ ਨੂੰ ਤੁਰੇ ਜਾ ਰਹੀ ਹੈ। ਲੱਗਦਾ ਇਹ ਹੈ ਕਿ ਇਹ ਜਿਹੜੀ ਪੁਲਿਸ ਹੈ ਨਾ ਹੂੰ ਇਹ ਸਰਕਾਰ ਦਾ ਅਕਸ ਖਰਾਬ ਕਰ ਦੇਵੇਗੀ। ਇਲਜ਼ਾਮ ਕੀ ਹੈ ਕੁਲਦੀਪ ਜਿੰਗਜੀਰਾ ਤੇ ਉਹ ਵੀਡੀਓ ਦਫਤਰ ਦੇ ਵਿੱਚ ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ 'ਚ ਮਾਮਲਾ ਚੱਕ ਰਿਹਾ ਸੀ। ਪਰਚਾ ਦਰਜ ਹੋ ਗਿਆ ਖੈਰੇਬੰਗ ਇਹ ਤਾਂ ਸਰਕਾਰੀ ਡਿਊਟੀ 'ਚ ਵਿਗੜ ਪਾਉਂਦੇ ਆ ਜੀ ਜਿਹੜੀ ਪਾਰਟੀ ਖੁਦ ਧਰਨਿਆਂ 'ਚੋਂ ਨਿਕਲੀ ਹੋਵੇ ਜੋ ਤੁਸੀਂ ਸਤਾ 'ਚ ਆ ਗਏ ਹੁਣ ਤੁਹਾਨੂੰ ਨਾਉਂ ਦਿੰਦਾ ਪਹਿਲਾਂ ਸਾਰੇ ਹੱਥੋਂ ਛੇ ਦੀਦਾ ਸੀ ਉਹਨੇ ਇੱਕ ਦਿਨ ਪਹਿਲਾਂ ਐਸਐਸਪੀ ਕੋਲ ਗਿਆ ਕਹਿੰਦਾ ਤੁਸੀਂ ਕਹਿੰਦੇ ਹੋ ਕਿ ਨਸ਼ਾ ਕਾਬੂ ਕਰ ਲਿਆ ਤੇ ਮੈਨਿੰਗ ਕਾਬੂ ਕਰ ਲਈ ਕਹਿੰਦੇ ਆਓ ਦੋਨੇ ਚੀਜ਼ਾਂ ਦਿਖਾਵਾ ਤੁਹਾਨੂੰ ਮੈਂ ਕੁਲਵੀਰ ਜੀ ਨੇ ਐਲਾਨ ਕਰਤਾ ਕਿ ਮੈਂ ਸੰਗਰਾਧ ਵਾਲੇ ਦਿਨ ਜਿੱਤੇ ਇੱਕ ਕਤਕ ਦੀ ਸੰਗਰਾਮ ਸੀ ਕਿ ਮੈਂ ਬੀੜ ਬਾਬਾ ਬੁੱਢਾ ਜੀ ਜਾਵਾਂਗਾ ਮੱਥਾ ਟੇਕ ਕੇ ਪ੍ਰੈਸ ਕਾਨਫਰੰਸ ਕਰਕੇ ਤੇ ਤੁਹਾਨੂੰ ਸਦਰ ਥਾਣੇ ਜਿੱਥੇ ਮੇਰੇ ਤੇ ਪਰਚਾ ਦਰਜ ਆ ਉੱਥੇ ਜਾ ਕੇ ਮੈਂ ਪੇਸ਼ ਹੋ ਜਾਵਾਂਗਾ ਪਰ ਨਹੀਂ ਸਵੇਰੇ 4 ਵਜੇ ਜਾ ਕੇ ਰਿਆ ਦੋ ਦਿਨ اندر ਰਹੇ ਉੱਥੇ ਅਦਾਲਤ ਨੇ ਉਹਨਾਂ ਦੀ ਜਵਾਨਤ ਮਨਜ਼ੂਰ ਕਰ ਲਈ ਤੇ ਬਾਅਦ ਦੇ ਵਿੱਚ ਕਹਿੰਦੇ ਜੀ 157 ਕਮਾਂਡ ਕਰਤੀ ਉਹਦੇ ਤੇ ਜਿਹਦੀ ਥਾਣੇ ਚੀਰ ਜਵਾਨ ਤੋਂ ਜਾਂਦੀ ਹੈ ਜਾਂ ਬਦ ਤੋਂ ਬਦ ਐਸਡੀਐਮ ਕੋਲੇ ਲੈ ਜਾਂਦੇ ਨੇ ਉੱਥੇ ਜਵਾਨਤ ਕਰਾ ਲਿਆ ਹੁੰਦੇ ਨੇ ਹੁਣ ਐਸਡੀਐਮ ਸਾਹਿਬ ਉਦੋਂ ਦੇ ਕਹਿੰਦੇ ਛੁੱਟੀ ਤੇ ਨੇ ਫਿਰ ਤਹਿਸੀਲਦਾਰ ਲੈ ਲੈਂਦਾ ਹੁੰਦਾ ਸੋ ਇਹਨੂੰ ਬ੍ਰੋਧੀ ਤੇ ਸਿਆਸੀ ਬਦਲਾਖੋਰੀ ਨਹੀਂ ਤੇ ਹੋਰ ਕੀ ਹੈ ਹਾਲਾਂਕਿ ਉੱਚ ਅਦਾਲਤ ਦੇ ਵਿੱਚ ਉਹਨੂੰ ਇਹਦੀ ਰਾਹਤ ਨਹੀਂ ਮਿਲੀ ਬ੍ਰਹਮੇਂਦਰਾ ਅਵਨੇਂਦਰ ਸਿੰਘ ਰਾਜਾ ਬੜਿੰਗ ਮੋਹਿਤਵਿੰਦਰ ਸਾਰੇ ਮਿਲ ਕੇ ਗਏ ਉਹ ਜਿਹੜਾ ਤਲਾਸ਼ੀ ਵਾਲਾ ਮਾਮਲਾ ਸੀ ਉਹ ਉਹਨਾਂ ਨੇ ਝੋਰ-ਸ਼ੋਰ ਦੇ ਨਾਲ ਉਠਾਇਆ ਕਿ ਮੇਰੀ ਤਲਾਸ਼ੀ ਲਈ ਗਈ ਤਲਾਸ਼ੀ ਲਈ ਨਹੀਂ ਸੀ ਜਾਣੀ ਚਾਹੀਦੀ ਕਿਉਂਕਿ ਆਈਜੀ ਜੇਲਾ ਕਹਿੰਦੇ ਨੇ ਕਿ ਜਿਹੜੇ ਲੋਕ ਨਮਾਇंदे ਹੁੰਦੇ ਆ ਉਹਨਾਂ ਦੀ ਇਸ ਤਰ੍ਹਾਂ ਦੀ ਤਲਾਸ਼ੀ ਉੱਥੇ ਜਾਂਦੇ ਦੀ ਨਹੀਂ ਲਈ ਜਾਂਦੀ ਜੀ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਵਿੱਚ ਉਹ ਚਾਲੇ ਲਟਕਿਆ ਹੋਇਆ ਹੈ ਦਿੱਲੀ ਸਰਕਾਰ ਦੇ ਉੱਤੇ ਯਾਨੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਕਾਫੀ ਸਵਾਲ ਖੜੇ ਹੋ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਿੱਖ ਆਗੂਆਂ ਨੇ ਵੀ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਹੁਣ ਦਵਿੰਦਰਪਾਲ ਸਿੰਘ ਭੁੱਲਰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਸੀ ਅੱਜ ਕੱਲ ਤਾਂ ਉਹ ਪੈਰੋਲ ਤੇ ਨੇ ਹੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਇਹ ਦਰਖਾਸਤ ਦਿੱਤੀ ਗਈ ਕਿ ਜਿਹੜੀ ਸਜ਼ਾ ਫਾਂਸੀ ਟੁੱਟ ਕੇ ਉਹਨੂੰ 20 ਸਾਲ ਦੀ ਹੋਈ ਸੀ ਉਹ ਤਾਂ 27 ਸਾਲ ਕੱਟ ਗਿਆ ਹੂੰ ਮਾਮਲਾ ਦਿੱਲੀ ਦਾ ਹੈ ਦਿੱਲੀ ਸਰਕਾਰ ਤੋਂ ਸਵਾਲ ਮੰਗ ਲਿਆ ਪਹਿਲਾਂ ਵੀ 4-5 ਵਾਰੀ ਜਿਹੜੀ ਦਿੱਲੀ ਸਜ਼ਾ ਬੋਰਡ ਹੈ ਉਹ ਸਜ਼ਾ ਬੋਰਡ ਨੇ ਉਹਨੂੰ ਹਰ ਬਾਰ ਟਾਲ ਦਿੰਦੇ ਆ ਹੁਣ ਜਦੋਂ ਇੱਥੋਂ ਗਿਆ ਪਤਾ ਲੱਗ ਗਿਆ ਕਿ ਪੰਜਾਬ ਤੇ ਹਰਿਆਣਾ ਹੋਰ ਫੇਰ ਨਵਾਂ ਪਤਾ ਇਹ ਦਿੱਲੀ ਹਾਈ ਕੋਰਟ ਚ ਪੋੜਨਾ ਚਾਹੀਦਾ ਸੀ ਇਹਦਾ ਮਤਲਬ ਇਹਦਾ ਸਿੱਧਾ ਅਸਰ ਭਗਵੰਤ ਮਾਨ ਜੀ ਤੁਹਾਡੇ ਤੇ ਪਵੇਗਾ ਪੰਜਾਬ ਵਿੱਚ ਜਵਾਬ ਦੇ ਤੁਸੀਂ ਉਹ ਕੇਜਰੀਵਾਲ ਨਹੀਂ ਤੁਸੀਂ ਆਪ ਇਹ ਮੁੱਦੇ ਠਾਉਂਦੇ ਹੁੰਦੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉਹ ਬੰਦੇ ਨੇ ਕੀ ਗੁਨਾਹ ਕਰ ਲਿਆ ਜਿਆ 20 ਦੀ ਵਜਾ 27 ਸਾਲ ਕੱਟ ਗਿਆ ਹਮ ਐਸ ਵੇਲੇ ਤਾਂ ਆਪਣੇ ਉਮਰ ਦੇ ਆਖਰੀ ਪੜਾਅ ਵੱਲ ਚਲੇ ਗਏ ਜਵਾਨੀ ਦਾ ਸਾਰੀ ਉਹਨਾਂ ਨੇ ਜੇਲਾ ਚ ਗਾਲਤੀ ਲੰਬਾ ਸਮਾਂ ਉਹਨਾਂ ਨੂੰ ਬੇਲ ਵੀ ਨਹੀਂ ਮਿਲੀ ਪੈਰੋਲ ਵੀ ਨਹੀਂ ਮਿਲੀ ਸੋ ਸਾਰੀਆਂ ਸਿਆਸੀ ਪਾਰਟੀਆਂ ਖਾਸ ਕਰ ਜਿਹੜੀਆਂ ਸਿਕਸਥਾ ਮੰਨੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਦੂਰੇ ਚਿਹਰੇ ਦੀ ਸਵਾਲ ਚੁੱਕਿਆ ਹੈ ਕਿ ਪਤਾ ਹੈ ਤੁਹਾਨੂੰ ਉਦੋਂ ਤੋਂ ਇੱਕ ਮਹੀਨੇ ਦੇ ਵਿੱਚ ਜਵਾਬ ਦੇਣਾ ਸੀ ਅਦਾਲਤ ਨੂੰ ਤੇ ਹੁਣ ਤੁਸੀਂ ਨਵਾਂ ਪਤਾ ਤਾਂ ਕਿ ਪੰਜਾਂਰ ਮਹੀਨੇ ਦਿੱਲੀ ਹਾਈ ਕੋਰਟ ਚ ਲੰਗੇ ਜਾਣ ਤੇ ਮਾਮਲਾ ਚੁੱਪਚੀ ਪੀਤੇ ਹੋ ਜਾਊਗਾ ਇੱਕ ਪਾਸੇ ਖੜੋ ਜਦ ਤੱਕ ਕਰੋਗੇ ਸਜ਼ਾ ਮaaf ਕਰਨੀ ਹੈ ਜਾਂ ਕਰੋਗੇ ਨਹੀਂ ਅਸੀਂ ਨਹੀਂ ਮaaf ਕਰਦੇ ਇਹ ਦੋਗਲੇ ਚਿਹਰੇ ਨਾਲ ਆਓ ਇਹਦੇ ਨਾਲ ਤੁਸੀਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਧੁੰਦਲਾਪਣ ਪੈਦਾ ਕਰ ਰਹੇ ਹੋ ਤੇਟਲ ਸਾਹਿਬ ਖਬਰ ਇਹ ਵੀ ਹੈ ਕਿ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਦੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਲਾਲ ਕਾਰਡ ਕੱਟ ਦਿੱਤੇ ਗਏ ਨੇ ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਵਿਰੋਧ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਇਨਸਾਫ ਦੀ ਮਦਦ ਗੁਹਾਰ ਲਗਾਈ ਜਾ ਰਹੀ ਹੈ ਪਰ ਦੂਜੇ ਪਾਸੇ ਉਹਨਾਂ ਨੂੰ ਜਿਹੜੀ ਸਹੂਲਤ ਮਿਲਦੀ ਹੈ ਉਹ ਵੀ ਖਤਮ ਹੋ ਗਈ ਦੇਖੋ ਉਹਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ ਜੀ ਸਿੱਖ ਕਤਲੇਯਾਂ ਪੀੜਤ ਵੈਲਫੇਅਰ ਸੁਸਾਇਟੀ ਹਮ ਇਹਦੇ ਪ੍ਰਧਾਨ ਨੇ ਸਰਦਾਰ ਸੁਰਜੀਤ ਸਿੰਘ ਜੀ ਉਥੇ ਡਾਇਰ ਕਾਲੀਆ ਗੁਰੇ ਕਰਨੈਲ ਸਿੰਘ ਪੀਰ ਮਹਾਮਦਵੀ ਗਈ 135 ਲਾਲ ਕਾਰਡ ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤੇ 5 ਨਵੰਬਰ ਤੋਂ ਇਹਨਾਂ ਨੇ ਐਲਾਨ ਕਰਤਾ ਕਿ ਅਸੀਂ ਅਗਲਾ ਸੰਘਰਸ਼ ਕਰਾਂਗੇ ਜਿਹੜੇ ਪ੍ਰਧਾਨ ਨੇ ਸਰਜੀਤ ਸਿੰਘ ਦੁਗਰੀ ਸਾਹਿਬ ਉਸ ਕਰਕੇ ਦੂਜਾ ਉਹਨਾਂ ਨੇ ਕੋਰ ਮੰਗ ਰੱਖੀ ਹੈ ਕਿ 39 ਸਾਲ ਹੋ ਗਏ ਇਸ ਮਾਮਲੇ ਨੂੰ ਹੁਣ ਤਾਂ 40 ਹੋ ਜਾਣੇ ਨੇ ਆ 3 ਨਵੰਬਰ ਤੋਂ ਬਾਅਦ ਜੀ ਤੇ 40 ਸਾਲਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ ਕਿਰਪਾ ਕਰਕੇ ਫਾਸਟ ਟਰੈਕ ਅਦਾਲਤਾਂ ਬਣਾਓ ਤਾਂ ਕਿ ਇਹਦੇ ਵਿੱਚ ਆਪਾਂ ਇंसाफ ਲੈ ਸਕੀਏ ਜੀ ਤੇ ਰਾਜੀ ਸਿੰਘ ਬਰਖਾਸਤ ਆਈਜੀ ਕਾਫੀ ਚਰਚਾ ਦੇ ਵਿੱਚ ਸੀ ਸੁਪਰੀਮ ਕੋਰਟ ਪਹੁੰਚੇ ਤਾਂ ਰਾਹਤ ਮਿਲ ਗਈ ਤੇ ਹੁਣ ਉਹਨਾਂ ਨੂੰ ਸੱਦਿਆ ਗਿਆ ਸੀਗਾ ਪੁੱਛਗਿਸ਼ ਵਾਸਤੇ ਪਰ ਨਹੀਂ ਪਹੁੰਚੇ ਨਹੀਂ ਇੱਕ ਕੇਸ ਦੇ ਵਿੱਚ ਉਹ ਪਹੁੰਚ ਗਏ ਸੀ ਹਮ ਇੱਕ ਕੇਸ ਦੇ ਵਿੱਚ ਕੱਲੋ ਅਦਾਲਤ ਦੇ ਵਿੱਚ ਉਥੇ ਵਿਜੀਲੈਂਸ ਕੋਲੇ ਪੇਸ਼ ਹੋਏ ਤੇ ਦੂਜਾ ਪਾਸੇ ਜਿਹੜਾ ਇਹ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਵਾਲਾ ਮਾਮਲਾ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਉਹਨਾਂ ਦੀ ਜ਼ਬਾਨਤ ਖਾਰਜ ਕਰਤੀ ਅਗਾਊਂ ਜ਼ਬਾਨਤ ਤੇ ਪਤਾ ਲੱਗ ਗਿਆ ਉਹਨਾਂ ਆਈਬੀਸੀ ਇਹ ਤਾਂ ਆਏ ਆ ਵਾਏ ਮੋੜ ਤੇ ਇਹ ਵਿਜੀਲੈਂਸ ਪੁਲਿਸ ਦੇ ਦਫ਼ਤਰ ਚੋਂ ਰਾਜੀਤ ਸਿੰਘ ਦਾ ਸੁੱਕਾ ਲੰਘ ਜਾਣਾ ਸਵਾਲ ਪੈਦਾ ਕਰਦਾ ਹੈ ਕਿ ਆਪਣਿਆਂ ਨਾਲ ਲਿਹਾਜੂ ਤੇ ਦੂਜਿਆਂ ਨੂੰ ਫੜ ਫੜ ਅੰਦਰ ਰੱਕੀ ਜਾਓ ਪਾਵੇਂ ਉਹਦੀ ਸਜ਼ਾ ਪੂਰੀ ਵੀ ਹੋ ਜੇ ਤਾਂ ਵੀ ਉਹਨਾਂ ਨੂੰ ਜੇਲਾ 'ਚ ਰੱਖ ਕੇ ਰੱਖੋ ਜੀ ਟਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਬੇਰਬਾਦ ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੰਦੇ ਨੇ ਤੇ ਇਸ ਪ੍ਰੋਗਰਾਮ ਨੂੰ ਹਾਤੋਂ ਹਾ ਸਾਂਝਾ ਵੀ ਕਰਿਆ ਕਰੋ ਤੇ ਅਗਲੇ ਹਫਤੇ ਹਫਤਾ ਭਰ ਦੀਆਂ ਸਰਗਰਮੀਆਂ ਦੇ ਉੱਤੇ ਲੈ ਕੇ ਪ੍ਰੋਗਰਾਮ ਫਿਰ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ